ਸਾਰਾ ਹੈ ਇੱਕ ਖੇਲਾ ਵੇਖਿਆ ਜਗਦਾ ਮੇਲਾ ਜੀਵਨ ਸਾਰਾ ਖੇਲਾ ਦੁਨੀਆਦਾਰੀ ਛੱਡ ਕੇ ਹੁਣ ਤਾਂ ਦੁਨੀਆਦਾਰੀ ਛੱਡ ਕੇ ਹੁਣ ਤਾਂ ਖੁਸ਼ੀਆਂ ਦੇ ਵਿੱਚ ਝੂਮਕ ਗਾਈਏ ਉਹ ਮੇਰੇ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਮੇਰੇ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਸਤਿ ਸ਼੍ਰੀ ਅਕਾਲ ਓਮ ਸ਼ਾਂਤੀ ਖੁਸ਼ੀਆਂ ਖੇੜੇ ਸਾਡੇ ਵਿਹੜੇ 'ਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅਸੀਂ ਹਰ ਵਾਰ ਇਹ ਗੱਲ ਕਰਦੇ ਆਏ ਹਾਂ ਕਿ ਯੋਗ ਜ਼ਿੰਦਗੀ 'ਚ ਕਿੰਨਾ ਜ਼ਰੂਰੀ ਹੈ ਮੈਡੀਟੇਸ਼ਨ ਜ਼ਿੰਦਗੀ 'ਚ ਕਿੰਨਾ ਜ਼ਰੂਰੀ ਹੈ ਲੇਕਿਨ ਉਹਦੇ ਅਸਲੀ ਬੈਨੀਫਿਟਸ ਔਰ ਇਹ ਕਰਨਾ ਕਿਵੇਂ ਹੈ ਇਹ ਰਾਈਟ ਟੈਕਨੀਕ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਪਿਛਲੀ ਵਾਰ ਜੋ ਅਸੀਂ ਗੱਲਬਾਤ ਕੀਤੀ ਸੀ ਕਿ ਕਿਵੇਂ ਸਾਡੀ ਜੋ ਮਨ ਦੇ ਵਿਚਾਰ ਨੇ ਉਹ ਕਿਵੇਂ ਪੈਦਾ ਹੁੰਦੇ ਨੇ ਕਿੱਥੋਂ ਆਉਂਦੇ ਨੇ ਇਹਨੂੰ ਹੁਣ ਥੋੜ੍ਹਾ ਅੱਗੇ ਡਿਸਕਸ ਕਰਨੇ ਹਾਂ ਸਾਡੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਬ੍ਰਹਮ ਕੁਮਾਰੀ ਅਨੀਤਾ ਦੀਦੀ ਜੀ ਦੀਦੀ ਤੁਹਾਡਾ ਸਵਾਗਤ ਹੈ ਓਮ ਸ਼ਾਂਤੀ ਓਮ ਸ਼ਾਂਤੀ ਪਿਛਲੀ ਵਾਰ ਤੁਸੀਂ ਕਲੀਅਰ ਕੀਤਾ ਸੀ ਕਿ ਜੋ ਆਤਮਾ ਹੈ ਮੈਂ ਹਾਂ ਮੈਂ ਅਲੱਗ ਹਾਂ ਔਰ ਮੇਰਾ ਜੋ ਹੈ ਉਹ ਅਲੱਗ ਹੈ ਔਰ ਮੈਂ ਦੀ ਦੋ ਸ਼ਕਤੀਆਂ ਜੋ ਤੁਸੀਂ ਦੱਸੀਆਂ ਸੀ ਕਿ ਮਨ ਜੋ ਵਿਚਾਰ ਕਰਦਾ ਹੈ ਔਰ ਫਿਰ ਦੂਜੇ ਪਾਸੇ ਸਾਡੀ ਬੁੱਧੀ ਹੈ ਜੋ ਡਿਸੀਜਨ ਦਿੰਦੀ ਹੈ ਪਰ ਇੱਥੇ ਵੀ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਕਿ ਬਹੁਤ ਵਾਰ ਮੈਨੂੰ ਕੋਈ ਚੀਜ਼ ਕਰਨ ਦਾ ਜਿੱਦ ਦਿਲ ਕਰ ਰਿਹਾ ਹੈ ਔਰ ਉੱਥੇ ਮੈਂ ਹੀ ਆਪਣੇ ਆਪ ਨੂੰ ਸਮਝ ਰਹੀ ਹਾਂ ਔਰ ਮੈਂ ਹੀ ਡਿਸੀਜਨ ਦੇ ਰਹੀ ਹਾਂ ਇੱਥੇ ਮੈਂ ਡਿਫਰੈਂਸ਼ੀਏਟ ਕਿਵੇਂ ਕਰਾਂ ਕਿ ਮੇਰਾ ਮਨ ਕੁਛ ਹੋਰ ਚਾਹ ਰਿਹਾ ਹੈ ਔਰ ਅਸਲ 'ਚ ਜੋ ਰਿਐਲਿਟੀ ਹੈ ਜੋ ਬੁੱਧੀ ਤੁਸੀਂ ਕਹਿ ਰਹੇ ਹੋ ਡਿਸੀਜਨ ਦੇ ਰਹੀ ਹੈ ਉਹ ਕੁਛ ਹੋਰ ਹੈ ਅਸਲ 'ਚ ਆਤਮਾ ਬੇਸਿਕਲੀ ਤਾਂ ਪਿਓਰ ਹੁੰਦੀ ਹੈ ਆਤਮਾ ਜਦੋਂ ਪਰਮਾਤਮਾ ਦੇ ਘਰੋਂ ਆਈ ਸੀ 100% ਪਿਓਰ ਤੇ ਪੀਸਫੁਲ ਤੇ ਪਾਵਰਫੁਲ ਸੀਗੀ ਪਰ ਹੌਲੀ ਹੌਲੀ ਕੀ ਹੁੰਦਾ ਹੈ ਬਾਡੀ ਕੌਂਸ਼ੀਅਸਨੈਸ ਆਉਣ ਨਾਲ ਕਈ ਬੁਰਾਈਆਂ ਆਉਣ ਨਾਲ ਉਹ ਆਤਮਾ ਦੇ ਅੰਦਰ ਦੀ ਉਹ ਪਿਓਰਿਟੀ ਢਕੀ ਜਾਂਦੀ ਹੈ ਤੇ ਖੁਸ਼ੀ ਵੀ ਦੱਬ ਜਾਂਦੀ ਹੈ ਤੇ ਉਹ ਅੰਦਰ ਦੀ ਪਿਓਰਿਟੀ ਵਾਰ ਵਾਰ ਵਾਜ ਪਾਉਂਦੀ ਹੈ ਜਿੱਦਾਂ ਤੇ ਮਨ ਵੀ ਆਤਮਾ ਦੀ ਤਾਕਤ ਹੈ ਪਰ ਇਹ ਏਦਾਂ ਤੁਸੀਂ ਸਮਝ ਲਓ ਜਿਸ ਤਰ੍ਹਾਂ ਇੱਕ ਕੋਕੋਨਟ ਹੁੰਦਾ ਹੈ ਨਾ ਪੀਸ ਤਾਂ ਇੱਕੋ ਹੀ ਹੈਗਾ ਸਾਰਾ ਫਰੂਟ ਪਰ ਅੰਦਰ ਮਿੱਠਾ ਪਾਣੀ ਤੇ ਮਿੱਠਾ ਫਰੂਟ ਹੈਗਾ ਹੈ ਬਾਹਰ ਹੇਅਰੀ ਤੇ ਹਾਰਡ ਹੋ ਜਾਂਦਾ ਹੈ ਇਸੇ ਤਰ੍ਹਾਂ ਈਗੋ ਦੀ ਲੇਅਰਸ ਜਿਹੜੀਆਂ ਹੈਗੀਆਂ ਹੈ ਉਹ ਆਤਮਾ ਦੀ ਪਿਓਰਿਟੀ ਤੇ ਖੁਸ਼ੀ ਤੇ ਸ਼ਾਂਤੀ ਨੂੰ ਢੱਕ ਲੈਂਦੀਆਂ ਹੈ ਜਦੋਂ ਆਪਾਂ ਕੋਈ ਮਾੜਾ ਕੰਮ ਕਰਨ ਲੱਗਦੇ ਹਾਂ ਤੇ ਅੰਦਰ ਦੀ ਪਿਓਰਿਟੀ ਆਵਾਜ਼ ਮਾਰਦੀ ਹੈ ਕਿ ਇਹ ਨਾ ਕਰੋ ਉਹ ਅੰਦਰੋਂ ਹੀ ਆਵਾਜ਼ ਪੈਂਦੀ ਹੈ ਉਹ ਆਵਾਜ਼ ਨੂੰ ਹੀ ਆਪਾਂ ਬੁੱਧੀ ਕਹਿੰਦੇ ਹਾਂ ਤੇ ਜਿਹੜੇ ਨੈਗੇਟਿਵ ਥੋਟ ਪੈਦਾ ਹੁੰਦੇ ਨੇ ਉਹਨੂੰ ਮਨ ਕਹਿੰਦੇ ਹਾਂ ਨੈਗੇਟਿਵ ਪੋਜ਼ਿਟਿਵ ਦੋਨੋਂ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਪਰ ਫਾਈਨਲ ਕਰਨ ਵਾਲੀ ਤਾਕਤ ਜਿਹੜੀ ਹੈ ਉਹ ਬੁੱਧੀ ਹੁੰਦੀ ਹੈ ਉਹ ਬੁੱਧੀ ਹੁੰਦੀ ਹੈ ਪਰ ਹੁਣ ਮੇਰੀ ਬੁੱਧੀ ਦੀ ਤਾਕਤ ਮੈਨੂੰ ਵਧਾਉਣੀ ਹੈ ਜਾਂ ਮੇਰੇ ਮਨ ਨੂੰ ਕੰਟਰੋਲ ਕਰਨਾ ਹੈ ਇੱਥੇ ਦੋ ਚੀਜ਼ਾਂ ਆ ਜਾਂਦੀਆਂ ਮਨ ਨੂੰ ਕੰਟਰੋਲ ਕਰਨ ਵਾਸਤੇ ਬੁੱਧੀ ਦੀ ਤਾਕਤ ਆਪਾਂ ਵਧਾ ਦਿੰਦੇ ਹਾਂ ਤੇ ਬੁੱਧੀ ਦੀ ਤਾਕਤ ਵਧਾਉਣ ਵਾਸਤੇ ਮਨ ਨੂੰ ਆਪਾਂ ਇੱਕ ਖੁਰਾਕ ਦਿੰਦੇ ਹਾਂ ਜਿਹਦੇ ਨਾਲ ਬੁੱਧੀ ਦੀ ਤਾਕਤ ਵੀ ਵੱਧ ਜਾਂਦੀ ਹੈ ਦੋਨੋਂ ਨੂੰ ਇਕੱਠਾ ਹੀ ਐਮਪਾਵਰ ਕੀਤਾ ਜਾਂਦਾ ਹੈ ਜੇ ਆਪਾਂ ਬੁੱਧੀ ਦੀ ਤਾਕਤ ਵਧਾਉਣਾ ਚਾਹੁੰਦੇ ਹਾਂ ਉਹਦੇ ਵਾਸਤੇ ਮਨ ਨੂੰ ਚੰਗਾ ਸੰਗ ਚਾਹੀਦਾ ਹੈ ਮਨ ਨੂੰ ਚੰਗਾ ਸੰਗ ਚਾਹੀਦਾ ਹੈ ਤੇ ਤਨ ਨੂੰ ਚੰਗਾ ਭੋਜਨ ਚਾਹੀਦਾ ਹੈ ਭੋਜਨ ਵੀ ਏਦਾਂ ਦਾ ਹੋਵੇ ਜਿਹੜਾ ਤੁਸੀਂ ਸਾਤਵਿਕ ਵਿਚਾਰਾਂ ਨਾਲ ਪਕਾਇਆ ਹੋਵੇ ਤੇ ਨਾਲੇ ਉਹਦੀ ਕੁਆਲਿਟੀ ਵੀ ਠੀਕ ਹੋਵੇ ਜੇ ਤੁਸੀਂ ਨੋਨ ਵੈਜ ਖਾ ਰਹੇ ਹੋ ਜੇ ਤੁਸੀਂ ਐਲਕੋਹਲ ਲੈ ਰਹੇ ਹੋ ਡਰੱਗਸ ਲੈ ਰਹੇ ਹੋ ਉਹਨਾਂ ਨਾਲ ਇੱਦਾਂ ਦੇ ਕੈਮੀਕਲ ਪ੍ਰੋਡਿਊਸ ਹੁੰਦੇ ਨੇ ਜਿਹੜੇ ਮਨ ਨੂੰ ਇਫੈਕਟ ਪਾ ਦਿੰਦੇ ਨੇ ਅਤੇ ਮਨ ਦੇ ਵਿੱਚ ਪੈਦਾ ਹੋਣ ਵਾਲੇ ਸਾਰੇ ਨੈਗੇਟਿਵ ਥੋਟਸ ਪ੍ਰੋਵੋਕ ਹੋ ਜਾਂਦੇ ਨੇ ਤੇ ਉਹਦੇ ਪੋਜ਼ਿਟਿਵ ਥੋਟਸ ਦੱਬੇ ਜਾਂਦੇ ਨੇ ਭੋਜਨ ਜੋ ਮੈਂ ਖਾ ਰਹੀ ਹਾਂ ਉਹਦਾ ਅਸਰ ਮੇਰੇ ਮਨ ਦੇ ਉੱਪਰ ਹੋ ਰਿਹਾ ਹੈ ਇੰਨਾ ਅਸਰ ਉਹਦਾ ਪੈਂਦਾ ਹੈ ਕਿਉਂਕਿ ਦੇਖੋ ਆ ਸਰੀਰ ਇੱਕ ਗੱਡੀ ਹੈ ਤੇ ਆਤਮਾ ਉਹਦੇ ਅੰਦਰ ਇੱਕ ਡਰਾਈਵਰ ਹੈ ਜੇ ਤੁਸੀਂ ਗੱਡੀ ਦੇ ਵਿੱਚ ਧੂੰਏ ਵਾਲਾ ਪੈਟਰੋਲ ਪਾ ਦਿਓ ਧੂੰਆਂ ਨਿਕਲੀ ਜਾਵੇ ਜਾਂ ਫਿਰ ਗੱਡੀ ਦਾ ਸਾਇਲੈਂਸਰ ਖਰਾਬ ਹੋ ਜਾਵੇ ਉਹ ਜ਼ੋਰ ਜ਼ੋਰ ਦਾ ਆਵਾਜ਼ ਕਰੀ ਜਾਵੇ ਤੇ ਫਿਰ ਤੁਸੀਂ ਕੀ ਕਰੋਗੇ ਡਰਾਈਵਰ ਨੂੰ ਇਫੈਕਟ ਤੇ ਪਏਗਾ ਨਾ ਉਹਦਾ ਕਿ ਨਹੀਂ ਪਏਗਾ ਤੇ ਇਸੇ ਤਰ੍ਹਾਂ ਜਿਹੜਾ ਭੋਜਨ ਧੂੰਆਂ ਛੱਡਦਾ ਹੈ ਗੰਦਗੀ ਦਾ ਨਾਲੇ ਇੱਕ ਗੱਲ ਇਹਦੇ 'ਚ ਹੋਰ ਵੀ ਹੁੰਦੀ ਹੈ
ਹਰ ਇੱਕ ਤਰ੍ਹਾਂ ਦੇ ਭੋਜਨ ਦੇ ਵਿੱਚ ਦੂਜੇ ਦੇ ਥੋਟਸ ਦਾ ਇਫੈਕਟ ਹੁੰਦਾ। ਸਮਝੋ ਕੋਈ ਨੋਨ ਵੈਜ ਖਾ ਰਿਹਾ ਹੈ, ਨੋਨ ਵੈਜ ਕੀ ਚੀਜ਼ ਹੈ? ਇੱਕ ਲੋਅਰ ਲੈਵਲ ਦੀ ਆਤਮਾ, ਜਾਨਵਰ ਜਿਹਨੂੰ ਕਹੀਦਾ ਹੈ, ਉਹਦੇ ਵਿੱਚ ਰਹਿ ਕੇ, ਉਸ ਮਾਸ ਦੇ ਅੰਦਰ ਰਹਿ ਕੇ ਕਿੰਨੇ ਸਾਲਾਂ ਉਹਨੇ ਲੋਅਰ ਲੈਵਲ ਦੇ ਥੋਟ ਪ੍ਰੋਡਿਊਸ ਕੀਤੇ, ਉਹ ਤੇ ਉਹਦਾ ਫਲੈਸ਼ ਜਿਹੜਾ ਹੈ ਉਹਦੇ ਨਾਲ ਫੀਡ ਹੋ ਗਿਆ। ਤੇ ਜਦੋਂ ਆਪਾਂ ਜਾਨਵਰ ਨੂੰ ਵੱਢਿਆ, ਵੱਢਣ ਲੱਗੇ ਸੀ ਤੇ ਉਹਦੇ ਅੰਦਰ ਡਰ ਦੇ ਥੋਟਸ ਪੈਦਾ ਹੋ ਗਏ, ਉਹਦੇ ਅੰਦਰ ਰਿਵੈਂਜਫੁਲ ਥੋਟਸ ਪੈਦਾ ਹੋ ਗਏ ਮਾਰਨ ਵਾਲੇ ਦੇ ਵਾਸਤੇ, ਤੇ ਉਹ ਰਿਵੈਂਜਫੁਲਨੈਸ, ਉਹ ਹੇਟ, ਉਹ ਪੇਨ ਵੀ ਉਹਦੇ ਮਾਸ ਵਿੱਚ ਫੀਡ ਹੋ ਗਈ। ਫਿਰ ਉਹਨੂੰ ਪਕਾਉਣ ਵਾਲਾ ਜ਼ਰੂਰੀ ਗੱਲ ਹੈ ਕਿ ਥੋੜਾ ਜਿਹਾ ਤੇ ਇਹੋ ਜਿਹਾ ਹੋਵੇਗਾ ਨਾ ਜਿਹੜਾ ਕਿਸੇ ਨੂੰ ਵੱਢ ਸਕੇ, ਤੇ ਉਹਦੇ ਵੀ ਕ੍ਰੂਐਲਿਟੀ ਦੇ ਥੋਟ ਹੋ ਸਕਦਾ, ਉਹਨੂੰ ਗੁੱਸਾ ਵੀ ਆ ਰਿਹਾ ਹੋਵੇ, ਉਹ ਗੁੱਸੇ ਦੇ ਥੋਟਸ ਵੀ ਉਹਦੇ ਚ ਫੀਡ ਹੋ ਜਾਣਗੇ। ਮਤਲਬ ਮੈਂ ਜੋ ਸੋਚ ਰਹੀ ਹਾਂ ਉਹ ਮੇਰਾ ਵਾਈਬ੍ਰੇਸ਼ਨ ਉਹਦੇ ਚ ਜਾ ਰਹੀ ਹੈ। ਜਦੋਂ ਵੀ ਖਾਣਾ ਬਣਦਾ ਹੈ ਤੇ ਬਹੁਤ ਸੈਂਸਿਟਿਵ ਹੁੰਦਾ ਹੈ, ਤੇ ਬਣਾਉਣ ਵਾਲੇ ਦੀ ਅੱਖਾਂ ਤੋਂ, ਬਣਾਉਣ ਵਾਲੇ ਦੇ ਹੱਥਾਂ ਤੋਂ ਸਾਰੇ ਥੋਟਸ ਉਹਦੇ ਵਿੱਚ ਐਂਟਰ ਹੁੰਦੇ ਨੇ, ਤੇ ਉਹ ਭਾਵਨਾਵਾਂ ਵੀ ਅੰਦਰ ਸਾਰੀਆਂ ਐਂਟਰ ਹੋ ਜਾਂਦੀਆਂ ਹੈ। ਤੇ ਜੇ ਆਪਾਂ ਮਾਸ ਵੀ ਖਾਇਆ ਤੇ ਬਣਾਉਣ ਵਾਲਾ ਵੀ ਗੁੱਸੇ 'ਚ ਵੀ ਸੀਗਾ, ਤੇ ਉਹ ਸਾਰੀ ਚੀਜ਼ ਸਾਡੇ ਅੰਦਰ ਐਂਟਰ ਹੋ ਜਾਂਦੀ ਹੈ। ਤੇ ਸਰੀਰ ਵਿੱਚ ਦੋ ਤਾਕਤਾਂ ਰਹਿੰਦੀਆਂ ਨੇ, ਇੱਕ ਆਤਮਾ ਤੇ ਇੱਕ ਸਰੀਰ, ਤੇ ਭੋਜਨ ਦਾ ਜਿਹੜਾ ਮੈਟੀਰੀਅਲਿਸਟਿਕ ਤੱਤਵ ਹੈਗਾ ਹੈ ਉਹ ਬੋਡੀ ਨੂੰ ਮਿਲਦਾ ਹੈ। ਸਮਝੋ ਬੋਡੀ ਨੂੰ ਫਲੈਸ਼ ਤੋਂ ਪ੍ਰੋਟੀਨ ਮਿਲ ਗਿਆ, ਉਹਨੂੰ ਐਨਰਜੀ ਮਿਲ ਗਈ, ਪਰ ਉਹਦੇ ਚ ਥੋਟਸ ਵੀ ਪਲੱਸ ਹੈਗੇ ਨੇ ਨਾ, ਉਹ ਆਤਮਾ ਨੂੰ ਮਿਲਦੇ ਨੇ। ਤੇ ਦੋ ਤਰ੍ਹਾਂ ਦੀ ਚੀਜ਼ਾਂ ਭੋਜਨ ਚ ਹੁੰਦੀਆਂ ਆਲਵੇਸ। ਮਤਲਬ ਬੋਡੀ ਤੇ ਬੋਡੀ ਨੂੰ ਨਿਊਟ੍ਰੀਸ਼ਨ ਮਿਲ ਗਿਆ ਲੇਕਿਨ ਬ੍ਰੇਨ ਨੂੰ ਨਹੀਂ ਮਿਲਿਆ, ਬ੍ਰੇਨ ਨੂੰ ਨਹੀਂ, ਆਤਮਾ ਨੂੰ, ਆਤਮਾ ਨੂੰ ਥੋਟ ਮਿਲਿਆ ਜਿਹੜਾ ਉਸ ਭੋਜਨ ਨੂੰ ਪਕਾਉਣ ਵੇਲੇ ਜਾਂ ਉਸ ਭੋਜਨ ਦੇ, ਹਾਂ, ਜਾਂ ਉਸ ਭੋਜਨ ਚ ਅਗਰ ਨਾਨ ਵੈਜ ਹੈਗਾ ਤੇ ਉਹਦੇ ਅੰਦਰ ਉਸ ਜਾਨਵਰ ਦੀ ਆਤਮਾ ਦਾ ਜਿਹੜਾ ਥੋਟ ਹੈਗਾ। ਮਤਲਬ ਦੀਦੀ ਅਗਰ ਮੈਂ ਕੁਝ ਨੈਗੇਟਿਵ ਥੋਟਸ ਮੇਰੇ ਅੰਦਰ ਜ਼ਿਆਦਾ ਪੈਦਾ ਹੋ ਰਹੇ ਨੇ, ਵੇਸ ਥੋਟ ਪੈਦਾ ਹੋ ਰਹੇ ਨੇ, ਉਹਦਾ ਬਹੁਤ ਵੱਡਾ ਰੀਜ਼ਨ ਭੋਜਨ ਹੈ। ਇਹਦਾ ਮਤਲਬ ਮੇਰਾ ਭੋਜਨ ਠੀਕ ਨਹੀਂ ਹੈ, ਉਹ ਵੀ ਇੱਕ ਵੱਡਾ ਕਾਰਨ। ਤੇ ਨਾਲੇ ਪਾਣੀ ਵੀ, ਪਾਣੀ ਵੇਖੋ ਕਿਤੋਂ ਕਿਤੋਂ ਆ ਰਿਹਾ ਹੈ, ਪਾਣੀ ਦੀ ਟੈਂਕੀਆਂ ਛੱਤਾਂ ਤੇ ਲੱਗੀਆਂ ਹੁੰਦੀਆਂ ਹੈ, ਚਾਰੋ ਪਾਸੇ ਦੁਨੀਆਂ 'ਚ ਦੁੱਖ ਤੇ ਪਾਪ ਦਾ ਮਾਹੌਲ ਹੈਗਾ, ਲੋਕੀ ਤੜਫੀ ਜਾਂਦੇ ਹੈ, ਨਿਰਾਸ਼ ਹੋਈ ਜਾਂਦੇ ਹੈ, ਤੇ ਉਹ ਸਾਰੇ ਵਾਈਬ੍ਰੇਸ਼ਨ ਵੀ ਉਹਨਾਂ ਟੈਂਕੀਆਂ 'ਚ ਜਾ ਕੇ ਪੈਂਦੇ ਆ ਜਿੱਥੇ ਜਿੱਥੇ ਪਾਣੀ ਹੁੰਦਾ ਪੈਂਦੇ ਆ। ਇਸੇ ਕਰਕੇ ਮੈਡੀਟੇਸ਼ਨ ਕਰਨ ਵਾਲਿਆਂ ਨੂੰ ਭੋਜਨ ਤੇ ਪਾਣੀ ਜੋ ਵੀ ਖਾਂਦੇ ਪੀਂਦੇ ਹੈ ਉਹਦੀ ਬਹੁਤ ਸੰਭਾਲ ਕਰਨੀ ਚਾਹੀਦੀ ਹੈ। ਜੇ ਆਪਣਾ ਮਨ ਕਿਤੇ ਬਿਨਾਂ ਵਜ੍ਹਾ ਵੀ ਕਈ ਵਾਰੀ ਤੁਸੀਂ ਵੇਖਦੇ ਹੋਗੇ ਦੁਖੀ ਹੋ ਗਏ, ਕੋਈ ਰੀਜ਼ਨ ਨਹੀਂ ਹੈ, ਪਰ ਤੁਹਾਡਾ ਮਨ ਉਦਾਸ ਹੋਈ ਜਾਂਦਾ, ਜੀ ਕਰਦਾ ਰੋਵਾਂ, ਸਭ ਕੁਝ ਹੁੰਦੇ ਹੋਏ ਵੀ ਇਨਸਾਨ ਥੋੜਾ ਜਿਹਾ ਉਦਾਸ ਰਹਿੰਦਾ, ਇਕੱਲਾ ਰਹਿੰਦਾ, ਇਕੱਲਾਪਨ ਜਿਹਾ ਫੀਲ ਹੁੰਦਾ ਹੈ, ਕਿਉਂਕਿ ਜੋ ਖਾਦਾ ਹੈ ਉਹ ਅੰਦਰ ਜਾ ਕੇ ਵਾਈਬ੍ਰੇਟ ਕਰ ਰਿਹਾ ਹੈ, ਤੇ ਉਹ ਪਾਣੀ ਜਿੱਦਾਂ ਦਾ ਪੀਤਾ ਹੈ ਉਹਦਾ ਵੀ ਨਿਰਾਸ਼ਾ ਅੰਦਰ ਜਾ ਕੇ ਪੈਂਦੀ ਹੈ। ਤੇ ਮੈਡੀਟੇਸ਼ਨ ਕਰਨ ਵਾਲੇ ਕੀ ਕਰਦੇ ਹੈ, ਜੇ ਪਾਣੀ ਤੇ ਤੁਸੀਂ ਪਕਾਉਂਦੇ ਨਹੀਂ, ਉਬਾਲ ਨਹੀਂ ਰਹੇ, ਉਹ ਤੇ ਰੋ ਆ ਰਿਹਾ ਹੈ, ਪਰ ਰੋ ਵੀ ਅੱਜ ਕੱਲ ਪ੍ਰੋਸੈਸ ਕੀਤਾ ਜਾਂਦਾ ਹੈ, ਉਹ ਪ੍ਰੋਸੈਸ ਕਰਨ ਵਾਲਿਆਂ ਦੇ ਵੀ ਥੋਟਸ ਹੁੰਦੇ ਹੈ, ਬੋਟਲਸ ਪੈਂਦੇ ਹੈ। ਤੇ ਪਾਣੀ ਪੀਣ ਤੋਂ ਪਹਿਲੇ, ਭੋਜਨ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਪੋਜ਼ਿਟਿਵ ਥੋਟਸ ਨਾਲ ਉਹਨੂੰ ਚਾਰਜ ਕਰੋ। ਤੁਸੀਂ ਇੱਕ ਮਿੰਟ ਸਾਇਲੈਂਟ ਹੋ ਕੇ ਉਹਨੂੰ ਫੀਲ ਕਰੋ ਕਿ ਮੈਂ ਆਤਮਾ ਪਿਓਰ ਹਾਂ, ਮੈਂ ਪਿਓਰ ਸੋਲ ਦੇ, ਪਿਓਰ ਵਾਈਬ੍ਰੇਸ਼ਨ ਉਸ ਭੋਜਨ ਦੀ ਥਾਲੀ ਦੇ ਹਰ ਚੀਜ਼ ਦੇ ਅੰਦਰ ਜਾ ਰਹੇ ਨੇ, ਨਾਲੇ ਉਹ ਪਾਣੀ ਦਾ ਗਲਾਸ ਜਿਹੜਾ ਮੈਂ ਫੜਿਆ ਹੈ ਉਹਦੇ ਅੰਦਰ ਪਿਓਰਿਟੀ ਮੇਰੇ ਅੱਖਾਂ ਦੇ ਰਾਹੀਂ ਜਾ ਰਹੀ ਹੈ, ਜਾ ਰਹੀ ਹੈ, ਸ਼ਾਂਤੀ ਦਾ ਕਰੰਟ ਜਾ ਰਿਹਾ, ਜਾ ਰਿਹਾ। ਬਿਲਕੁਲ ਇੱਦਾਂ ਫੀਲ ਕਰਨਾ ਚਾਹੀਦਾ ਜਿੱਦਾਂ ਇੱਕ ਲੇਜ਼ਰ ਬੀਮ ਪੈਂਦੀ ਹੈ ਕਿਸੇ ਚੀਜ਼ ਦੇ ਅੰਦਰ, ਤੇ ਉਹ ਕਰੰਟ ਉਹਦੇ ਅੰਦਰ ਜਾ ਕੇ ਉਹਨੂੰ ਪਿਓਰੀਫਾਈ ਕਰ ਰਿਹਾ। ਜੇ ਇੰਨਾ ਕੁ ਐਕਸਪੈਰੀਮੈਂਟ ਵੀ ਕੋਈ ਇੱਕ ਮਹੀਨਾ ਕਰਕੇ ਵੇਖ ਲਏ ਤੇ ਉਹਦੇ ਥੋਟਸ ਵਿੱਚ ਬਹੁਤ ਵੱਡਾ ਫਰਕ ਪੈ ਸਕਦਾ ਹੈ। ਤੇ ਪਰ ਜਿਹੜਾ ਨਾਨ ਵੈਜ ਹੈ ਉਹਨੂੰ ਤੁਸੀਂ ਪਿਓਰ ਵੀ ਨਹੀਂ ਕਰ ਸਕਦੇ ਖਾਣ ਤੋਂ ਪਹਿਲਾਂ, ਕਿਉਂਕਿ ਉਹ ਮਾਸ ਵਿੱਚ ਇੱਕ ਜਾਨਵਰ ਦੇ ਲੋਅਰ ਲੈਵਲ ਦੇ ਥੋਟਸ ਪਹਿਲਾਂ ਹੀ ਫੀਡ ਹੈਗੇ ਹੈ, ਉਹਦਾ ਡਰ, ਉਹਦੀ ਪਰੇਸ਼ਾਨੀਆਂ ਉਹਦੇ ਅੰਦਰ ਫੀਡ ਹੈਗੀਆਂ ਹੈ। ਤੇ ਇਸ ਕਰਕੇ ਜਿਹੜਾ ਵਾਇਲੈਂਸ ਕੀਤਾ ਹੋਇਆ ਉਹ ਚੀਜ਼ ਤੇ ਖਾਣੀ ਵੀ ਨਹੀਂ ਚਾਹੀਦੀ। ਬਾਕੀ ਫੂਡ ਨੂੰ ਤੁਸੀਂ ਆਪਣੇ ਪਿਓਰ ਵਾਈਬ੍ਰੇਸ਼ਨ ਦੇ ਕੇ ਪਿਓਰੀਫਾਈ ਕਰਕੇ ਖਾ ਸਕਦੇ ਹੋ, ਉਹਦਾ ਥੋਟਸ ਤੇ ਬਹੁਤ ਵੱਡਾ ਇਫੈਕਟ ਪੈਂਦਾ ਹੈ। ਇਹ ਤਾਂ ਬਹੁਤ ਤੁਸੀਂ ਡਿਫਰੈਂਟ ਚੀਜ਼ ਦੱਸੀ ਹੈ ਸਾਨੂੰ ਕਿ ਖਾਣਾ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ। ਮੇਰੀ ਸੋਚ ਅਗਰ ਅੱਛੀ ਨਹੀਂ ਹੈ ਇਹਦਾ ਮਤਲਬ ਖਾਣੇ 'ਤੇ ਸਭ ਤੋਂ ਪਹਿਲਾਂ ਮੈਨੂੰ ਕੰਟਰੋਲ ਕਰਨਾ ਚਾਹੀਦਾ, ਔਰ ਜੋ ਅਸੀਂ ਅੱਜ ਤੱਕ ਸੋਚਿਆ ਹੀ ਨਹੀਂ ਸੀ, ਜੋ ਆਇਆ ਭੱਜੇ ਖਾਏ, ਅੱਜ ਕੱਲ੍ਹ ਨਿਆਣੇ ਵੀ ਤੁਸੀਂ ਦੇਖੋ
ਫੂਡ ਖਾਂਦੇ ਹੈ, ਫਾਸਟ ਫੂਡ ਖਾਂਦੇ ਬਿਲਕੁਲ ਜ਼ਿਆਦਾਤਰ, ਔਰ ਭੱਜਦੇ ਫਿਰਦੇ ਕਦੀ ਵੀ ਖਾ ਲੈਂਦੇ, ਔਰ ਅਸੀਂ ਕਦੀ ਧਿਆਨ ਵੀ ਨਹੀਂ ਦਿੱਤਾ ਇਸ ਚੀਜ਼ ਦੇ ਉੱਪਰ। ਟੀਵੀ ਦੇਖਦੇ ਵੀ ਖਾ ਲੈਂਦੇ ਹੈ, ਰਾਈਟ। ਅੱਛਾ, ਟੀਵੀ ਦੇਖਦੇ ਹੋਏ ਵੀ ਮੇਰੇ ਤਾਂ ਥੌਟਸ ਦਾ ਉਹੀ ਸਟੈਂਡਰਡ ਹੋਣਾ ਹੈ ਜਿਹੜਾ ਆਪਾਂ ਵੇਖ ਰਹੇ ਹਾਂ। ਇਹਦੇ ਨਾਲ ਉਹ ਐਂਟਰ ਹੋਏਗਾ। ਇਹਦੇ ਨਾਲ ਦੀਦੀ ਹੁਣ ਬੁੱਧੀ ਦੀ ਜੇ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਕਿਹਾ ਸੀ ਕਿ ਮਨ ਔਰ ਬੁੱਧੀ, ਹੁਣ ਬਹੁਤ ਵਾਰ ਮਨ ਚਾਹੁੰਦਾ ਹੈ ਕਿ ਅਸੀਂ ਇਹ ਚੀਜ਼ ਕਰੀਏ, ਲੇਕਿਨ ਅੰਦਰ ਉਹ ਸ਼ਕਤੀ ਨਹੀਂ ਹੁੰਦੀ ਹੈ, ਆਪਾਂ ਕਰ ਨਹੀਂ ਪਾਉਂਦੇ ਹਾਂ। ਫੋਰ ਐਗਜ਼ਾਮਪਲ, ਆਪਾਂ ਮੈਡੀਟੇਸ਼ਨ ਦੀ ਗੱਲ ਕਰ ਰਹੇ ਹਾਂ, ਬਹੁਤ ਲੋਕ ਮੈਡੀਟੇਸ਼ਨ ਕਰਨਾ ਚਾਹੁੰਦੇ ਨੇ ਲੇਕਿਨ ਉਹ ਸ਼ੁਰੂ ਨਹੀਂ ਕਰ ਪਾ ਰਹੇ ਹੈ, ਕਿਉਂਕਿ ਜਾਂ ਤਾਂ ਉਹਨਾਂ ਨੂੰ ਰਾਈਟ ਟੈਕਨੀਕ ਵੀ ਨਹੀਂ ਪਤਾ ਹੈ, ਜਾਂ ਅੰਦਰ ਸ਼ਾਇਦ ਬੁੱਧੀ ਕਲੀਅਰ ਨਹੀਂ ਹੈ, ਜਾਂ ਸਟਰੋਂਗਨੈਸ ਨਹੀਂ ਹੈ ਅੰਦਰ, ਉਸ ਚੀਜ਼ ਨੂੰ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਚੰਗਾ ਸੰਗ ਨਹੀਂ ਹੈਗਾ। ਜਿਸ ਚੰਗਾ ਸੰਗ ਮਿਲ ਜਾਏ ਤੇ ਐਮਪਾਵਰਮੈਂਟ ਆ ਜਾਂਦੀ ਹੈ, ਪੋਸਟਪੋਨਮੈਂਟ ਘਟ ਜਾਂਦੀ ਹੈ, ਤੇ ਇਸ ਕਰਕੇ ਮਨ ਨੂੰ ਇੱਕ ਚੰਗਾ ਸੰਗ ਬਾਰ ਬਾਰ ਦੇਣਾ ਚਾਹੀਦਾ। ਐਸੇ ਕਰਕੇ ਆਪਾਂ ਟੀ ਵੀ ਚੈਨਲਸ ਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹਦੇ ਸੰਗ ਨਾਲ ਵੀ ਜੇ ਅੰਦਰ ਐਂਥੂਜ਼ੀਆਜ਼ਮ ਆ ਜਾਵੇ ਉਹਨੂੰ ਸ਼ੁਰੂ ਕਰਨ ਦਾ। ਤੇ ਇੱਕ ਇਹ ਵੀ ਕਾਰਨ ਹੁੰਦਾ ਹੈ ਕਿ ਸੰਗ ਚੰਗਾ ਨਹੀਂ ਹੈ, ਦੂਜਾ ਕਈਆਂ ਦਾ ਮਨ ਇੰਨਾ ਕਮਜ਼ੋਰ ਹੋ ਜਾਂਦਾ ਹੈ ਕਿ ਉਹ ਪੋਸਟਪੋਨ ਕਰਦਾ ਰਹਿੰਦਾ ਹੈ ਚੰਗੀਆਂ ਗੱਲਾਂ ਨੂੰ, ਤੇ ਪੋਸਟਪੋਨ ਕਰਨ ਵਾਲਾ ਮਨ ਜਿਹੜਾ ਹੈ ਉਹਦੇ ਤੇ ਬਹੁਤ ਸਾਰੀਆਂ ਗੱਲਾਂ ਦਾ ਇਫੈਕਟ ਹੁੰਦਾ ਹੈ, ਸਿਰਫ ਸੰਗ ਦਾ ਨਹੀਂ। ਪਰ ਇੱਕ ਇਹ ਵੀ ਦੇਖਿਆ ਜਾਂਦਾ ਹੈ ਕਿ ਮਨ ਨੂੰ ਮਜ਼ਾ ਆਉਂਦਾ ਹੈ ਕੁਝ ਇਹੋ ਜਿਹੀਆਂ ਚੀਜ਼ਾਂ ਕਰਕੇ ਜੋ ਸ਼ਾਇਦ ਗਲਤ ਵੀ ਹੁੰਦੀਆਂ ਨੇ ਦੇਖਿਆ ਜਾਏ ਤਾਂ, ਉਸ ਚੀਜ਼ 'ਚ ਮਨ ਇੰਜੋਏ ਕਰਦਾ, ਐਂਟਰਟੇਨ ਹੁੰਦਾ ਹੈ, ਉਹ ਫਿਰ ਉਹ ਅਸਲ 'ਚ ਉਹ ਗੱਲ ਜੁੜੀ ਹੈ ਆਤਮਾ ਦੀ ਇੱਕ ਤੀਜੀ ਫੈਕਲਟੀ ਨਾਲ, ਜਿਹਨੂੰ ਆਪਾਂ ਸੰਸਕਾਰ ਕਹਿੰਦੇ ਹਾਂ ਜਾਂ ਪੁਰਾਣੀਆਂ ਆਦਤਾਂ ਕਹਿੰਦੇ ਹਾਂ। ਹਾਂਜੀ, ਆਦਤਾਂ ਇੰਨੀਆਂ ਵਿਗੜ ਗਈਆਂ, ਜਿੱਦਾਂ ਲੱਤਾਂ ਕਮਜ਼ੋਰ ਹੋ ਗਈਆਂ ਕੋਈ ਕਾਰਨ ਤੋਂ, ਬਿਮਾਰੀ ਲੱਗੀ ਸੀ, ਜਾਂ ਫਿਰ ਵਿਹਲੇ ਬਹਿ ਬਹਿ ਕੇ ਲੱਤਾਂ ਦੀ ਮਸਲਸ ਕਮਜ਼ੋਰ ਹੋ ਗਈਆਂ, ਜਾਂ ਫਿਰ ਬਿਨਾਂ ਮਤਲਬ ਹੀ ਚੰਗੀਆਂ ਭਲੀਆਂ ਲੱਤਾਂ 'ਤੇ ਕੋਈ ਵਿਸਾਖੀਆਂ ਯੂਜ਼ ਕਰਨ ਲੱਗ ਜਾਏ, ਜਾਂ ਸਿਰਫ ਗੱਡੀ ਦੇ ਬਿਨਾਂ ਕਿੱਥੇ ਆਵੇ ਜਾਵੇ ਨਹੀਂ, ਅਤੇ ਜੇ ਉਹਨਾਂ ਦੀਆਂ ਮਸਲਸ ਵੀਕ ਪੈ ਗਈਆਂ, ਹੁਣ ਇਹੋ ਜਿਹੇ ਨੂੰ ਤੁਸੀਂ ਕਹੋ ਚੜ੍ਹਾਈ ਚੜ੍ਹ, ਆਪ ਹੀ ਆਦਤ ਪਾਈ ਹੈ, ਤੇ ਉਹਨੂੰ ਸਲੋਪ ਤੇ ਤੁਰਨਾ ਚੰਗਾ ਲੱਗੇਗਾ ਕਿ ਭੱਜੀ ਜਾ ਰਿਹਾ, ਚੜ੍ਹਾਈ ਤੇ ਚੜ੍ਹਨਾ ਉਹਨੂੰ ਚੰਗਾ ਨਹੀਂ ਲੱਗੇਗਾ। ਐਸੇ ਤਰ੍ਹਾਂ ਮਨ ਜਿਹਨਾਂ ਦਾ ਕਮਜ਼ੋਰ ਆਦਤਾਂ ਦਾ ਗੁਲਾਮ ਹੋ ਗਿਆ ਹੈ, ਉਹਨਾਂ ਨੂੰ ਆਹ ਵਾਧੂ ਦੀਆਂ ਗੱਲਾਂ ਚੰਗੀਆਂ ਲੱਗਣਗੀਆਂ ਕਿ ਚਲੋ ਘੁੰਮ ਲਈਏ, ਚਲੋ ਖਾ ਲਈਏ, ਚਲੋ ਕਿਸੇ ਦਾ ਮਜ਼ਾਕ ਉਡਾ ਲਈਏ, ਚਲੋ ਕਿਸੇ ਦੀ ਲੈਗ ਪੁਲਿੰਗ ਕਰ ਲਈਏ, ਕਿਸੇ ਨੂੰ ਕ੍ਰਿਟੀਸਾਈਜ਼ ਕਰ ਲਈਏ, ਤੇ ਪੀਜ਼ਾ ਬਰਗਰ ਖਾਈ ਜਾਈਏ ਤੇ ਚੰਗੀ ਚੀਜ਼ ਨਾ ਖਾਈਏ। ਇਹ ਤੀਜੀ ਜਿਹੜੀ ਤਾਕਤ ਹੈ, ਇਹਨੂੰ ਸਮਝਣ ਦੀ ਬੜੀ ਗੂੜੀ ਲੋੜ ਹੈ, ਕਿਉਂਕਿ ਇਹ ਬੜੀ ਇੱਕ ਡੀਪ ਜਿਹੀ ਤਾਕਤ ਹੈ ਜਿਹੜੀ ਆਤਮਾ ਦੇ ਮਨ ਤੇ ਬੁੱਧੀ ਦੋਵਾਂ ਨੂੰ ਕੰਟਰੋਲ ਕਰਕੇ ਬੈਠੀ ਹੈ, ਰੂਲ ਕਰਕੇ ਬੈਠੀ ਹੈ। ਤੇ ਇਹ ਹੌਲੀ ਹੌਲੀ ਇੱਕ ਪ੍ਰੋਸੈਸ ਚੱਲਦਾ ਹੈ ਕਰਮਾਂ ਦਾ, ਜਿਹਦੇ ਨਾਲ ਸਾਡੀਆਂ ਆਦਤਾਂ ਬਣਦੀਆਂ ਹੈ, ਜਿਹਨਾਂ ਨੂੰ ਆਪਾਂ ਸਪਿਰਚੁਅਲ ਲੈਂਗੁਏਜ ਵਿੱਚ ਸੰਸਕਾਰ ਕਹਿੰਦੇ ਹਾਂ। ਜਿੱਦਾਂ ਮਨ ਨੇ ਸੋਚਿਆ ਬਹੁਤ ਸਾਰਾ, ਬੁੱਧੀ ਨੇ ਤੋਲਤਾ, ਫਿਲਟਰ ਕਰਤਾ ਕਿ ਆਹ ਕਰ ਲੈ, ਆ ਨਾ ਕਰ, ਭਾਵੇਂ ਚੰਗਾ ਡਿਸੀਜ਼ਨ ਦਿੱਤਾ ਭਾਵੇਂ ਮਾੜਾ ਡਿਸੀਜ਼ਨ ਦਿੱਤਾ। ਜਦੋਂ ਸਾਡੇ ਥੌਟ ਐਕਸ਼ਨ ਵਿੱਚ ਚਲੇ ਜਾਂਦੇ ਨੇ, ਐਕਸ਼ਨ ਪਰਫਾਰਮ ਹੁੰਦੇ ਹੀ ਉਹਦਾ ਰਿਐਕਸ਼ਨ ਆਉਂਦਾ ਹੈ, ਕਿਉਂਕਿ ਐਵਰੀ ਐਕਸ਼ਨ ਹੈਜ਼ ਐਨ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਤੇ ਜਿਹੜਾ ਰਿਐਕਸ਼ਨ ਆਉਂਦਾ ਹੈ, ਕਿਉਂਕਿ ਐਕਸ਼ਨ ਪਰਫਾਰਮ ਹੋਇਆ ਸੀ ਲਿਵਿੰਗ ਐਨਰਜੀ ਸੋਲ ਦੇ ਰਾਹੀਂ, ਲੱਗਦਾ ਹੈ ਬੋਡੀ ਐਕਸ਼ਨ ਪਰਫਾਰਮ ਕਰ ਰਹੀ ਹੈ, ਪਰ ਬੋਡੀ ਤੇ ਐਕਸ਼ਨ ਪਰਫਾਰਮ ਕਰਨ ਦਾ ਇੱਕ ਸਰਵੈਂਟ ਹੈਗਾ, ਇੱਕ ਰੋਬੋਟ ਹੈਗਾ ਹੈ। ਆਰਡਰ ਆ ਰਿਹਾ ਸੀ ਆਤਮਾ ਤੋਂ, ਅੰਦਰੋਂ ਲਿਵਿੰਗ ਐਨਰਜੀ ਤੋਂ, ਤੇ ਜਿੱਥੋਂ ਆਰਡਰ ਆਇਆ ਹੈ ਉੱਥੇ ਹੀ ਰਿਐਕਸ਼ਨ ਜਾਏਗਾ, ਕਿਉਂਕਿ ਐਕਸ਼ਨ ਦਾ ਆਰਡਰ ਆਤਮਾ ਨੇ ਦਿੱਤਾ ਸੀ ਬੁੱਧੀ ਨੇ। ਰਿਐਕਸ਼ਨ ਦਾ ਮਤਲਬ ਹੈ ਜਿਹੜਾ ਵੀ ਆਪਾਂ ਐਕਸ਼ਨ ਕੀਤਾ ਹੈ ਉਹਦਾ ਇਫੈਕਟ ਚੰਗਾ ਜਾਂ ਮਾੜਾ ਵਾਪਸ ਆਤਮਾ ਤੇ ਜਾ ਕੇ ਪੈ ਜਾਂਦਾ ਹੈ। ਐਕਸ਼ਨ ਵਿੱਚ ਆਪਾਂ ਕਦੇ ਝੂਠ ਬੋਲਦੇ ਹਾਂ, ਐਕਸ਼ਨ ਵਿੱਚ ਆਪਾਂ ਕਦੇ ਘਰਾਂ ਦੇ ਕੰਮ ਕਰਦੇ ਹਾਂ, ਸਫਾਈ ਕਰਦੇ ਹਾਂ, ਤੇ ਕਿਸੇ ਨੂੰ ਆਸ਼ੀਰਵਾਦ ਦੇ ਦਿੰਦੇ ਹਾਂ, ਤੇ ਕਿਸੇ ਨੂੰ ਥੱਪੜ ਮਾਰ ਦਿੰਦੇ ਹਾਂ, ਕਦੇ ਕਮਾਈ ਵਿੱਚ ਇਮਾਨਦਾਰੀ ਯੂਜ਼ ਕਰਦੇ ਹਾਂ ਤੇ ਦਾਨ ਵੀ ਕਰ ਦਿੰਦੇ ਹਾਂ, ਤੇ ਕਦੇ ਬੇਈਮਾਨ ਹੋ ਕੇ ਗਰੀਬਾਂ ਦਾ ਹਿੱਸਾ ਵੀ ਆਪਾਂ ਖੋ ਲੈਂਦੇ ਹਾਂ। ਕਰਮਾਂ ਦੀ ਗੱਲ ਕਰ ਰਹੇ ਹਾਂ, ਜੋ ਮੈਂ ਕਰਮ ਕਰ ਰਹੀ ਹਾਂ ਉਹਨੂੰ ਹੀ ਆਪਾਂ ਕਹਿੰਦੇ ਹਾਂ ਐਕਸ਼ਨ, ਬੋਡੀ ਦੇ ਰਾਹੀਂ ਪਰਫਾਰਮ ਹੋਇਆ ਨਾ, ਤੇ ਉਹਦਾ ਰਿਐਕਸ਼ਨ ਆਤਮਾ ਤੇ ਜਾਂਦਾ ਹੈ, ਉਹਦੇ ਕਰੰਟ ਤੇ ਇਫੈਕਟ ਪੈਂਦਾ ਹੈ।
ਜੇ ਆਪਾਂ ਗ੍ਰੇਟ ਐਕਸ਼ਨਸ ਪਰਫਾਰਮ ਕਰਦੇ ਹਾਂ ਜਿਹਦੇ 'ਚ ਪੋਜ਼ਿਟਿਵਿਟੀ ਹੈ, ਜਿਹਦੇ 'ਚ ਕਿਸੇ ਨੂੰ ਸੁੱਖ ਦੇਣ ਦੀ ਗੱਲ ਹੈ, ਜਿਹਦੇ 'ਚ ਆਪਾਂ ਕਿਸੇ ਦੇ ਕੰਮ ਆ ਗਏ ਹਾਂ, ਕਿਸੇ ਨੂੰ ਦੁਆਵਾਂ ਦਿੱਤੀਆਂ ਨੇ, ਕੋਈ ਗੁੱਡਨੈਸ ਹੈਗੀ ਹੈ ਉਹਦੇ ਵਿੱਚ, ਗ੍ਰੇਟਨੈਸ ਹੈਗੀ ਹੈ, ਉਹਦੇ ਨਾਲ ਆਤਮਾ ਦਾ ਕਰੰਟ ਵੱਧ ਜਾਂਦਾ ਹੈ ਤੇ ਪਿਓਰ ਹੋ ਜਾਂਦਾ ਹੈ। ਜਿਹਦੇ 'ਚ ਆਪਾਂ ਕਿਸੇ ਦੀ ਬਦਦੁਆ ਲੈ ਲੈਂਦੇ ਹਾਂ, ਉਹਦਾ ਹੱਕ ਖੋ ਲੈਂਦੇ ਹਾਂ, ਜਾਂ ਫਿਰ ਉਹਨੂੰ ਕਿਸੇ ਵੀ ਤਰ੍ਹਾਂ ਸਤਾ ਦਿੰਦੇ ਹਾਂ, ਤੇ ਜਿਹੜੀਆਂ ਬਦਦੁਆਵਾਂ ਆਉਂਦੀਆਂ ਨੇ ਉਹ ਆਤਮਾ ਦੇ ਕਰੰਟ ਨੂੰ ਡਿਪਲੀਟ ਕਰ ਦਿੰਦੀਆਂ ਨੇ, ਨਾਲੇ ਉਹਦੇ ਤੇ ਜਿਹੜੀ ਖੁਸ਼ੀ ਤੇ ਆਨੰਦ ਅੰਦਰ ਭਰੀ ਸੀ ਉਹਨੂੰ ਵੀ ਡਿਲੀਟ ਕਰ ਦਿੰਦੀਆਂ ਨੇ। ਤੇ ਇਹ ਬਦਦੁਆਵਾਂ ਬਹੁਤ ਵੱਡਾ ਕੰਮ ਕਰਦੀਆਂ ਨੇ, ਤੇ ਇਸ ਕਰਕੇ ਕਰਮ ਕਰਦੇ ਹੋਏ ਬਹੁਤ ਧਿਆਨ ਰੱਖਣਾ ਚਾਹੀਦਾ। ਏਦਾਂ ਦੇ ਸੰਸਕਾਰ ਬਣਦੇ ਨੇ ਜਿੱਦਾਂ ਕੈਮਰਾ ਸਿਸਟਮ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਤੇ ਉਹਦੇ 'ਚ ਰੀਲ ਫਿੱਟ ਕਰਦੇ ਸੀ ਆਪਾਂ, ਜਾਂ ਫਲੋਪੀ ਰਿਕਾਰਡਿੰਗ ਹੁੰਦੀ ਰਹਿੰਦੀ ਹੈ, ਜਾਂ ਚਿਪ ਫਿੱਟ ਕਰਦੇ ਹਾਂ। ਤੇ ਰਿਕਾਰਡਿੰਗ ਸਿਸਟਮ ਕੀ ਚੀਜ਼ ਹੈ ਕਿ ਜਿੱਦਾਂ ਦਾ ਪੋਜ਼ ਹੈਗਾ ਨਾ ਉਦਾਂ ਦਾ ਹੀ ਕੈਮਰੇ 'ਚ ਆਵੇਗਾ। ਸਮਝੋ ਕੈਮਰਾ ਸਾਹਮਣੇ ਫਿੱਟ ਸੀਗਾ ਤੇ ਤੁਹਾਨੂੰ ਕਿਹਾ ਗਿਆ ਸਮਾਈਲ ਪਲੀਜ਼, ਪਰ ਤੁਸੀਂ ਉਦਾਸ ਸੀਗੇ ਤੇ ਰੋਣੀ ਜੀ ਸ਼ਕਲ ਬਣਾ ਕੇ ਬੈਠੇ ਸੀ, ਤੁਹਾਡੇ ਵਾਲ ਵਾਲ ਵੀ ਖਰਾਬ ਸੀਗੇ ਤੇ ਕੱਪੜੇ ਵੀ ਖਰਾਬ ਸੀਗੇ, ਤੁਸੀਂ ਗੌਰ ਨਹੀਂ ਕੀਤਾ ਕਿ ਫੋਟੋ ਖਿੱਚਣੀ ਆ, ਖਿੱਚੋ, ਮੈਨੂੰ ਕੀ ਹੈ, ਮੈਨੂੰ ਕੁਝ ਨਾ ਕਹੋ, ਮੈਨੂੰ ਤੰਗ ਨਾ ਕਰੋ, ਤੁਸੀਂ ਗੌਰ ਨਹੀਂ ਕੀਤਾ। ਪਰ ਫੋਟੋ ਖਿੱਚਣ ਵਾਲਾ ਸੀਰੀਅਸ ਸੀਗਾ, ਉਹਨੇ ਤੁਹਾਡੀ ਫੋਟੋ ਖਿੱਚ ਵੀ ਦਿੱਤੀ ਤੇ ਐਨਲਾਜ ਕਰਾ ਕੇ ਫਰੇਮ ਕਰਾ ਕੇ ਲੈ ਆਇਆ, ਤੇ ਨਾਲੇ ਤੁਹਾਡੇ ਘਰ ਦੇ ਪ੍ਰੋਮੀਨੈਂਟ ਪਲੇਸ ਤੇ ਉਹਨੇ ਫੋਟੋ ਲਾ ਦਿੱਤੀ, ਤੇ ਆਂਦੇ ਜਾਂਦੇ ਉਹਨੂੰ ਵੇਖ ਕੇ ਸਮਝਦੇ ਆ ਤੁਸੀਂ ਏਦਾਂ ਦੇ ਹੀ ਹੈਗੇ ਹੋ। ਤੁਹਾਨੂੰ ਮਾਇੰਡ ਹੋਏਗਾ ਕਿ ਇਹ ਕੀ ਕੀਤਾ, ਮੇਰੀ ਇੰਨੀ ਗੰਦੀ ਫੋਟੋ ਖਿੱਚੀ ਹੈ ਤੇ ਲਾ ਵੀ ਕਿੱਥੇ ਦਿੱਤੀ ਹੈ, ਤੇ ਸਾਰੇ ਮੈਨੂੰ ਏਦਾਂ ਦਾ ਸਮਝਦੇ ਹੈ। ਇਹ ਫੋਟੋ ਨੂੰ ਠੀਕ ਕਰੋ, ਕੈਮਰੇ ਵਾਲਾ ਉਸ ਫੋਟੋ ਨੂੰ ਠੀਕ ਨਹੀਂ ਕਰ ਸਕਦਾ ਕਿਉਂਕਿ ਉਹ ਕੈਪਚਰ ਹੋ ਗਈ, ਉਹ ਕੈਪਚਰ ਹੋ ਗਈ। ਉਹ ਤੁਹਾਨੂੰ ਇਹ ਕਹੇਗਾ ਤੁਸੀਂ ਪੋਜ਼ ਠੀਕ ਕਰੋ, ਫਿਰ ਤੂੰ ਚੰਗੇ ਕੱਪੜੇ ਪਾ ਕੇ ਆਓ, ਵਾਲ ਵੂਲ ਠੀਕ ਕਰੋ ਤੇ ਸਮਾਈਲ ਕਰੋ, ਮੈਂ ਤੁਹਾਡੀ ਸੋਹਣੀ ਫੋਟੋ ਖਿੱਚਦਾ ਹਾਂ, ਤੇ ਫਿਰ ਉਹਨੂੰ ਫਰੇਮ ਕਰਾ ਕੇ ਲਾਨਾ। ਪਰ ਜੇ ਤੁਸੀਂ ਰੋਂਦੀ ਫੋਟੋ ਹਸਾਨੀ ਹੈ ਤੇ ਤੁਹਾਨੂੰ ਆਪ ਹੱਸਣਾ ਪਏਗਾ, ਫੋਟੋ ਆਪਣੇ ਆਪ ਨਹੀਂ ਹੱਸ ਸਕਦੀ। ਇਸੇ ਤਰ੍ਹਾਂ ਜਿਹੜਾ ਆਪਾਂ ਕਰਮ ਕਰ ਲਿਆ, ਆਤਮਾ ਵਿੱਚ ਐਂਟਰ ਹੋ ਗਿਆ, ਉਹ ਸੰਸਕਾਰ ਬਣ ਗਿਆ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਸੰਸਕਾਰ ਬਣ ਗਿਆ ਮੀਨਸ ਆਤਮਾ ਦਾ ਇੱਕ ਕਰੰਟ ਦਾ ਸਟੈਂਡਰਡ ਬਣ ਗਿਆ। ਉਹ ਜਿਹੜਾ ਆਤਮਾ ਦਾ ਕਰੰਟ ਦਾ ਸਟੈਂਡਰਡ ਹੈ ਸਾਡੇ ਪੂਰੇ ਬਾਡੀ ਵਿੱਚ ਐਂਟਰ ਹੋ ਕੇ ਇੱਥੋਂ ਬਾਹਰ ਨਿਕਲ ਕੇ ਤੇ ਕਿੰਨੀ ਕਿੰਨੀ ਦੂਰ ਤੱਕ ਇੱਕ ਔਰਾ ਬਣਾਉਂਦਾ ਹੈ। ਅੱਛਾ, ਇੱਕ ਮੈਗਨੈਟਿਕ ਕਾਰਾਂ ਦੇ ਕਾਰਨ ਮੇਰਾ ਔਰਾ ਬਣਦਾ, ਔਰਾ ਮੈਗਨੈਟਿਕ ਫੀਲਡ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਦੇ ਵਿੱਚ ਇੱਕ ਪੁੱਲ ਹੈ, ਇੱਕ ਪੁਸ਼ ਹੈ ਜਿਹੜਾ ਸਰਕਮਸਟੈਂਸਸ ਨੂੰ ਇਨਵਾਈਟ ਕਰਦਾ ਹੈ। ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਆ ਕਿ ਇਹ ਕਿਸ ਨਾਲ ਮਿਲ ਕੇ ਬਹੁਤ ਅੱਛਾ ਲੱਗਦਾ ਹੈ, ਉਹਦਾ ਔਰਾ ਬਹੁਤ ਅੱਛਾ ਹੈ, ਤੇ ਔਰਾ ਇੱਕ ਹੋਰ ਵੱਡਾ ਕੰਮ ਕਰਦਾ ਹੈ ਜੀ, ਔਰਾ ਸਾਡੀ ਕਿਸਮਤ ਬਣਾਉਂਦਾ ਹੈ। ਅੱਛਾ, ਜਿਹੋ ਜਿਹਾ ਔਰਾ ਹੈ ਉਹੋ ਜਿਹੇ ਲੋਕੀ ਸਾਨੂੰ ਮਿਲਣਗੇ। ਜੇ ਔਰਾ ਕਰਪਟ ਹੈ ਤੇ ਸਾਨੂੰ ਧੋਖਾ ਦੇਣ ਵਾਲੇ ਲੋਕੀ ਜ਼ਿਆਦਾ ਮਿਲਣਗੇ। ਔਰਾ ਕਰਪਟ ਹੈ ਤੇ ਐਕਸੀਡੈਂਟ ਛੇਤੀ ਹੋ ਜਾਏਗਾ, ਚੋਟਾਂ ਵੱਧ ਲੱਗਣਗੀਆਂ। ਜੇ ਔਰਾ ਕਰਪਟ ਹੈ ਤੇ ਇੰਟਰਵਿਊ ਜਿੱਤੇ ਦੇਣ ਜਾਵਾਂਗੇ, ਇੰਟਰਵਿਊ ਲੈਣ ਵਾਲੇ ਦਾ ਦਿਲ ਕਰੇਗਾ ਕਿ ਇਹਨੂੰ ਨਹੀਂ ਰੱਖਣਾ, ਇਹਨੂੰ ਨਹੀਂ ਰੱਖਣਾ। ਪਰ ਜ਼ਿਆਦਾਤਰ ਦੇਖਿਆ ਜਾਂਦਾ ਹੈ ਅੱਛੇ ਲੋਕਾਂ ਨਾਲ ਹੀ ਮਾੜੀਆਂ ਚੀਜ਼ਾਂ ਹੁੰਦੀਆਂ, ਫਿਰ ਉਹਨਾਂ ਦੇ ਤਾਂ ਔਰਾ ਅੱਛੇ ਹੁੰਦੇ ਜੋ ਅੱਛੇ ਲੋਕ। ਇਹ ਜ਼ਰੂਰੀ ਗੱਲ ਹੈ, ਅੱਜ ਕੱਲ੍ਹ ਦੇ ਜ਼ਮਾਨੇ 'ਚ ਇੱਦਾਂ ਦੇ ਰਿਜ਼ਲਟ ਕਈ ਲੋਕੀ ਦੱਸਦੇ ਹੈ ਕਿ ਉਹ ਫਲਾਣਾ ਤੇ ਇੰਨਾ ਚੰਗਾ ਹੈ, ਫਿਰ ਵੀ ਬਿਮਾਰ ਪੈ ਗਿਆ, ਫਿਰ ਵੀ ਉਹਦੇ ਬਿਜ਼ਨਸ 'ਚ ਘਾਟਾ ਪੈ ਗਿਆ, ਫਿਰ ਵੀ ਉਹਨੂੰ ਇੰਟਰਵਿਊ 'ਚ ਸਿਲੈਕਟ ਨਹੀਂ ਕੀਤਾ ਗਿਆ। ਬਹੁਤ ਘੱਟ ਲੋਕੀ ਇਸ ਗੱਲ ਨੂੰ ਸਮਝ ਪਾਉਂਦੇ ਨੇ ਕਿ ਅਸਲ 'ਚ ਮਾੜਾ ਨਹੀਂ ਹੁੰਦਾ, ਉਸ ਤੋਂ ਵੱਧ ਵਧੀਆ ਕੁਝ ਹੋਰ ਹੋਣ ਵਾਲਾ ਹੁੰਦਾ ਹੈ। ਉਹ ਇਹੋ ਜਿਹੇ ਇੰਟਰਵਿਊ 'ਚ ਰਿਜੈਕਟ ਹੁੰਦੇ ਆ ਜਿੱਥੇ ਕਰਪਸ਼ਨ ਹੋਣ ਵਾਲੀ ਹੁੰਦੀ ਹੈ, ਉਹਨਾਂ ਨੂੰ ਇਹੋ ਜਿਹਾ ਬਿਜ਼ਨਸ 'ਚ ਘਾਟਾ ਪੈਂਦਾ ਹੈ ਜਿਹਦੇ ਕਰਕੇ ਕਿਸੇ ਦੂਜੇ ਦਾ ਹੱਕ ਖੋਇਆ ਜਾਵੇ। ਉਹਨਾਂ ਨੂੰ ਵਾਧੂ ਝੂਠ ਦੀ ਕਮਾਈ ਘਰ 'ਚ ਲਿਆਉਣ ਦਾ ਉਹ ਔਰਾ ਹੁਕਮ ਨਹੀਂ ਦਿੰਦਾ, ਇਸ ਕਰਕੇ ਉਹਨਾਂ ਨੂੰ ਚੋਟ ਚੂਟ ਲੱਗ ਜਾਂਦੀ ਹੈ ਕਿ ਬਹੁਤ ਵੱਡੇ ਵੱਡੇ ਐਕਸੀਡੈਂਟ ਤੋਂ ਉਹਨਾਂ ਨੇ ਬਚਣਾ ਹੁੰਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸੂਲੀ ਤੋਂ ਕਾਂਟਾ ਹੋ ਜਾਂਦਾ ਹੈ, ਤੇ ਉਹਨਾਂ 'ਚ ਝੇਲਣ ਦੀ ਤਾਕਤ ਹੁੰਦੀ ਹੈ ਜੀ। ਤੇ ਇਸ ਕਰਕੇ ਉਹ ਥੋੜ੍ਹੀ ਜਿਹੀ ਹੋਰ ਡੀਪ ਅੰਡਰਸਟੈਂਡਿੰਗ ਲੋਕਾਂ ਕੋਲ ਨਾ ਹੋਣ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਚੰਗੇ ਲੋਕਾਂ ਨਾਲ ਮਾੜਾ ਹੁੰਦਾ ਹੈ। ਨਹੀਂ, ਇਹ ਉੱਦਾਂ ਦੀ ਗੱਲ ਹੈ ਜਿੱਦਾਂ ਕੋਈ
ਇਕਵਿਪਡ ਪਰਸਨ ਹੋਵੇ ਤੇ ਹਥਿਆਰਾਂ ਨਾਲ ਲੈਸ ਯੋਧਾ ਹੋਵੇ ਤੇ ਉਹਦੇ ਨਾਲ ਹੀ ਕੋਈ ਵੱਡਾ ਦੁਸ਼ਮਣ ਪੰਗਾ ਲਏਗਾ, ਛੋਟਾ ਮੋਟਾ ਨਹੀਂ ਲਏਗਾ। ਤੇ ਓਦਾਂ ਦੀ ਗੱਲ ਹੁੰਦੀ ਕਿਉਂਕਿ ਉਹਨਾਂ ਦਾ ਫਿਊਚਰ ਉਹਨਾਂ ਦੇ ਔਰਾ ਨੇ ਹੋਰ ਬ੍ਰਾਈਟ ਕਰਨਾ ਹੈ। ਇਹ ਜੋ ਔਰਾ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਔਰਾ ਕੀ ਮੇਰਾ ਚੇਂਜ ਹੋ ਸਕਦਾ ਹੈ? ਬਿਲਕੁਲ ਹੋ ਸਕਦਾ ਹੈ। ਇਹਨੂੰ ਆਪਾਂ ਉਸੇ ਤਰੀਕੇ ਨਾਲ ਚੇਂਜ ਕਰ ਸਕਦੇ ਹਾਂ ਜਿਹੜੇ ਸਿਸਟਮ ਨਾਲ ਬਣਿਆ ਹੋਇਆ ਸੀ। ਜਿੱਦਾਂ ਪਹਿਲਾਂ ਕੈਸੇਟ ਰਿਕਾਰਡ ਹੁੰਦੀ ਸੀ ਤੇ ਉਹਦਾ ਰਿਕਾਰਡਿੰਗ ਬਟਨ ਹੁੰਦਾ ਸੀ, ਜੇ ਕੈਸੇਟ ਰੋਂਗ ਰਿਕਾਰਡ ਹੋ ਗਈ ਹੈ ਉਸੇ ਬਟਨ ਨਾਲ ਡਿਲੀਟ ਕੀਤਾ ਜਾ ਸਕਦਾ ਹੈ। ਤੇ ਕਰਮਾਂ ਨਾਲ ਸਾਡਾ ਔਰਾ ਕਰਪਟ ਹੋਇਆ ਹੈ, ਮਾੜੇ ਕਰਮ ਨਾਲ ਕਰਪਟ ਹੋ ਗਿਆ, ਜੇ ਆਪਾਂ ਕਰਮ ਬਦਲ ਦਈਏ ਤੇ ਸਾਡਾ ਔਰਾ ਬ੍ਰਾਈਟ ਵੀ ਹੋ ਸਕਦਾ ਹੈ। ਕਰਮ ਵੀ ਤਾਂ ਮੇਰੇ ਅੰਦਰੋਂ ਹੀ ਆਪੇ ਕ੍ਰੀਏਟ ਕੀਤੇ, ਕਰਮ ਸ਼ੁਰੂ ਹੋਏ ਸੀ ਮੇਰੇ ਵਿਚਾਰਾਂ ਨਾਲ, ਤੇ ਇਸੇ ਕਰਕੇ ਸ਼ੁਰੂਆਤ ਵਿਚਾਰਾਂ ਤੋਂ ਕਰਨੀ ਪੈਂਦੀ, ਉਸੇ ਕਰਕੇ ਮੈਡੀਟੇਸ਼ਨ ਸਿੱਖਣਾ ਪੈਂਦਾ। ਜੀ ਬਿਲਕੁਲ, ਜਿੱਦਾਂ ਤੁਸੀਂ ਮਨ, ਬੁੱਧੀ, ਸੰਸਕਾਰ, ਇਹ ਤਿੰਨ ਸ਼ਕਤੀਆਂ ਤੁਸੀਂ ਦੱਸੀਆਂ ਵੀ ਆਤਮਾ ਦੇ ਅੰਦਰ ਹੀ ਹੁੰਦੀਆਂ ਹੈ। ਹੁਣ ਮੈਨੂੰ ਇਹ ਤਾਂ ਸਮਝ ਆ ਗਈ ਹੈ ਕਿ ਮਨ, ਬੁੱਧੀ, ਸੰਸਕਾਰ ਜੋ ਹੈ ਇਹ ਮੇਰੇ ਆਤਮਾ ਨਾਲ ਜੁੜੇ ਹੋਏ ਹੈ, ਮਤਲਬ ਮੇਰੇ ਨਾਲ ਜੁੜੇ ਹੋਏ ਹੈ। ਹੁਣ ਮੈਡੀਟੇਸ਼ਨ ਦੀ ਜੇ ਮੈਂ ਗੱਲ ਕਰਾਂ, ਯੋਗ ਦੀ ਗੱਲ ਕਰਾਂ, ਤਾਂ ਉਹਦੇ 'ਚ ਹੁਣ ਮੈਂ ਕਿਵੇਂ ਕਲੈਰਿਟੀ ਲੈ ਕੇ ਆਵਾਂ? ਜੋ ਮੇਰੇ ਕਰਮ ਹੋ ਚੁੱਕੇ ਹੈ ਉਹ ਤਾਂ ਹੁਣ ਮੇਰੇ ਹੱਥ 'ਚ ਨਹੀਂ ਹੈ, ਜੋ ਮੇਰੇ ਸੰਸਕਾਰ ਬਣ ਗਏ ਹੈ ਉਹ ਮੈਂ ਹੁਣ ਕਿੱਦਾਂ ਚੇਂਜ ਕਰ ਸਕਦੀ ਹਾਂ? ਸੰਸਕਾਰਾਂ ਨੂੰ ਚੇਂਜ ਕਰਨ ਵਾਸਤੇ ਆਪਾਂ ਸਿੱਧਾ ਸਟੈਪ ਚੁੱਕਦੇ ਹਾਂ ਕਿ ਆਪਣੇ ਮਨ ਨਾਲ ਗੱਲ ਕਰਦੇ ਹਾਂ ਕਿ ਚੇਂਜ ਹੋਣਾ ਚਾਹੁੰਦਾ ਹੈ, ਉਹ ਕਹੇਗਾ ਹਾਂ। ਜੇ ਚੇਂਜ ਹੋਣਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਫਿਰ ਪ੍ਰੋਸੈਸ ਹੁੰਦਾ ਹੈ ਕਿ ਸਭ ਤੋਂ ਪਹਿਲੀ ਗੱਲ ਆਪਣੇ ਥੋਟਸ ਨੂੰ ਆਪਣਾ ਅਸਲ ਰੂਪ ਆਪਾਂ ਵਿਖਾਉਂਦੇ ਹਾਂ। ਅਸਲ ਰੂਪ ਵਿਖਾਉਣ ਦਾ ਮਤਲਬ ਹੈ ਸੋਲ ਕੌਨਸ਼ੀਅਸ ਹੋਣਾ, ਕਿਉਂਕਿ ਸੋਲ ਇਹੋ ਜਿਹੀ ਤਾਕਤ ਹੈਗੀ ਜਿਹਦੀ ਅੰਦਰ ਬੇਸਿਕ ਕੁਝ ਐਨਰਜੀਜ਼ ਪਈਆਂ ਹੋਈਆਂ ਨੇ। ਜਦੋਂ ਆਤਮਾ ਆਪਣੇ ਉਸ ਬੇਸਿਕ ਮੂਲ ਰੂਪ ਨੂੰ ਵੇਖਦੀ ਹੈ, ਯਾਨੀ ਇੰਟਰੋਵਰਟ ਹੁੰਦੀ ਹੈ, ਤੇ ਉਹਦੇ ਥੋਟਸ ਤੇ ਡਾਇਰੈਕਟ ਇੰਪੈਕਟ ਪੈਂਦਾ ਹੈ। ਜਿਹੜੇ ਥੋਟਸ ਵਿੱਚ ਝੂਠ, ਫਰੇਬ, ਈਗੋ, ਪਾਪ, ਲਸਟ ਤੇ ਐਂਗਰ ਸਮਾ ਗਿਆ ਸੀ, ਉਹੀ ਥੋਟਸ ਚੇਂਜ ਹੋ ਕੇ ਸੋਲ ਕੌਨਸ਼ੀਅਸ ਹੋਣ ਕਰਕੇ ਪਿਓਰਿਟੀ, ਪੀਸ ਤੇ ਹੈਪੀਨੈਸ ਦੇ ਹੋਣ ਲੱਗ ਜਾਂਦੇ ਹੈ। ਪਰ ਉਹਦੇ ਵਾਸਤੇ ਥੋੜ੍ਹਾ ਪ੍ਰੋਸੈਸ ਹੁੰਦਾ ਹੈ ਜਿਹਨੂੰ ਆਪਾਂ ਸਮਝ ਲੈਂਦੇ ਹਾਂ। ਇਹ ਜੋ ਪ੍ਰੋਸੈਸ ਦੀ ਤੁਸੀਂ ਗੱਲ ਕਰ ਰਹੇ ਹੋ, ਇਹੋ ਮੈਂ ਇਹ ਸਿੱਖਣਾ ਚਾਹੁੰਦੀ ਹਾਂ ਕਿ ਕਿਵੇਂ ਅਸੀਂ ਇਹ ਪ੍ਰੋਸੈਸ ਦੇ ਥਰੂ ਆਪਣੇ ਜੀਵਨ ਨੂੰ ਚੇਂਜ ਕਰ ਸਕਦੇ ਹਾਂ। ਪਰ ਅੱਜ ਨਹੀਂ, ਇਹਨੂੰ ਆਪਾਂ ਅਗਲੀ ਕੜੀ 'ਚ ਲੈ ਕੇ ਆਵਾਂਗੇ। ਅੱਜ ਦੀ ਪੂਰੀ ਗੱਲਬਾਤ ਲਈ, ਕਲੈਰਿਟੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਅਸੀਂ ਧਿਆਨ ਹੀ ਨਹੀਂ ਦਿੰਦੇ। ਦਿਨ ਭਰ ਜੋ ਵੀ ਕੰਮ ਕਰਦੇ ਹਾਂ ਸਾਡੇ ਵਿਚਾਰ ਚੱਲਦੇ ਰਹਿੰਦੇ ਨੇ, ਔਰ ਅੱਜ ਸਾਨੂੰ ਇਹ ਕਲੀਅਰ ਹੋਇਆ ਕਿ ਜੋ ਵਿਚਾਰ ਕਰ ਰਹੀ ਹਾਂ ਉਹ ਮੈਂ, ਮੇਰੀ ਆਤਮਾ ਕਰ ਰਹੀ ਹੈ, ਉਹਦੇ ਅੰਦਰ ਮਨ, ਬੁੱਧੀ, ਔਰ ਕਿਵੇਂ ਸਾਡੇ ਸੰਸਕਾਰ ਬਣ ਰਹੇ ਨੇ ਔਰ ਸਾਡੀ ਆਦਤਾਂ ਬਣ ਰਹੀਆਂ ਨੇ, ਸਾਨੂੰ ਪਤਾ ਵੀ ਨਹੀਂ ਚੱਲ ਰਿਹਾ। ਔਰ ਥੋੜ੍ਹੇ ਦਿਨਾਂ 'ਚ ਅਸੀਂ ਕਹਿਣ ਲੱਗ ਜਾਂਦੇ ਹਾਂ, ਮੈਂ ਤਾਂ ਐਵੇਂ ਹੀ ਹਾਂ, ਮੇਰਾ ਨੇਚਰ ਤਾਂ ਇੱਦਾਂ ਦਾ ਹੀ ਹੋ ਗਿਆ ਹੈ। ਬਟ ਜਿਵੇਂ ਦੀਦੀ ਨੇ ਦੱਸਿਆ, ਇਹ ਸਾਡੇ ਓਰੀਜਨਲ ਸੰਸਕਾਰ ਨਹੀਂ ਹੈ। ਇਸੇ ਲਈ ਸਾਨੂੰ ਮੈਡੀਟੇਸ਼ਨ ਦੀ ਲੋੜ ਹੈ, ਸਾਡੇ ਓਰੀਜਨਲ ਸੰਸਕਾਰ ਨੂੰ ਬਾਹਰ ਕੱਢਣ ਦੀ ਲੋੜ ਹੈ। ਜੋ ਅਸੀਂ ਪਰਤਾਂ ਉੱਪਰ ਚੜਾ ਲਈਆਂ ਨੇ ਉਹਨਾਂ ਨੂੰ ਉਖਾੜਨ ਦੀ ਲੋੜ ਹੈ। ਇਹਨੂੰ ਹੁਣ ਇਸ ਪ੍ਰੋਸੈਸ ਨੂੰ ਅਗਲੀ ਕੜੀ 'ਚ ਅਸੀਂ ਲੈ ਕੇ ਆਵਾਂਗੇ ਕਿ ਕਿਵੇਂ ਤੁਸੀਂ ਯੋਗ ਨਾਲ ਆਪਣਾ ਜੀਵਨ ਹੋਰ ਅੱਛਾ ਬਣਾ ਸਕਦੇ ਹੋ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 80 94 99 34 87, ਈਮੇਲ punjabi.gws@gmail.com।